ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਪੰਜ ਕਰਾਈ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ, ਸੋਨੂੰ ਭਲਵਾਨ ਜੀ ਉਹਨਾਂ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 3 ਜਰਸੀਆਂ ਤੁਹਾਨੂੰ ਦਿਖਾਉਣੀਆਂ, ਜਿਨ੍ਹਾਂ ਦੇ ਵਿੱਚੋਂ 2 ਤਾਜ਼ੀਆਂ ਸੂਈਆਂ ਅਤੇ 1 ਗੱਭਣ ਆ। ਨੋਰਮਲ ਰੇਟ 'ਚ ਜਿਹੜੀਆਂ 3 ਤੁਹਾਨੂੰ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਜੀ? ਸਭ ਵਧੀਆ ਜੀ। ਤੇ ਨਾਮ ਦੱਸ ਦੇ ਕਰੀਏ ਆਪਾਂ? ਮੇਰਾ ਸੋਨੂੰ ਪਹਿਲਵਾਨ ਜੀ। ਹਾਂਜੀ, ਪਿੰਡ ਪੰਜ ਕਰਾਈਆਂ, ਤਹਿਸੀਲ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲਦੇ ਕਰੀਏ? 98-18-97-09। ਠੀਕ ਹੈ ਤੇ ਅੱਜ 3 ਫਿਰ? ਹਾਂਜੀ 3, 1 ਗੱਭਣ ਤੇ 2 ਸੂਈਆਂ। ਤੇ ਰੇਟ ਜਾਇਜ਼ ਹੀ? ਅੱਜ ਜਾਇਜ਼ ਨਿੱਕੇ ਨਿੱਕੇ ਰੇਟ, ਛੋਟੇ ਛੋਟੇ ਹੀ ਹੈਗੇ। ਅੱਜ ਇੱਕ ਐਂਡ ਦੇ ਟੋਕੜਿਆਂ ਦੇ ਭਾਅ ਸੱਜਰ ਜਰਸੀ ਦੇ ਦੇਣੀ ਹੈ। ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਆ ਜਿਹੜੀ ਆ ਪਹਿਲੇ ਨੰਬਰ 'ਤੇ ਹੀ ਹੈ, ਇੱਥੋਂ ਹੀ ਆਪਾਂ ਕਰਨੀ ਥਾਣੇ ਦੇ ਕਰੀ ਲਾਗੇ ਤਾਂ ਦੇ ਸਕਦੇ ਜੀ। ਅਤੇ ਅੱਜ ਮਗਰ ਵੱਛੀ ਵੀ ਚੰਗੀ ਆ ਜਿਹੜੀ। ਕਿੰਨਾ ਕੁ ਚਿਰ ਹੋ ਗਿਆ ਵੀਰ ਜੀ ਸੂਈ ਨੂੰ? ਇਹਨੂੰ 15 ਦਿਨ ਹੋ ਗਏ ਜੀ। 15 ਦਿਨ ਹੋ ਗਏ ਸੂਈ ਨੂੰ? ਤੇ ਕਿੰਨਾ ਦੁੱਧ ਤਿਆਰ ਕਰ ਗਈ ਜੀ? ਦੇਖੋ ਵੀਰ ਜੀ, ਬੱਚੇ ਦਾ ਪਾ ਕੇ 11 ਕਿਲੋ ਹੋ ਗਿਆ ਜੀ। ਪੱਕਾ ਦੁੱਧ ਜਿਹੜਾ ਤਿਆਰ ਆ? ਹਾਂਜੀ, ਬੱਚੇ ਦਾ ਪਾ ਕੇ 11 ਕਿਲੋ। ਠੀਕ ਆ, ਤੋਰੋ ਹਾਂ ਫਿਰ ਇੱਕ ਵਾਰੀ ਨੂੰ। ਗਿਆਰਾਂ ਲੀਟਰ ਦੁੱਧ ਜਿਹੜਾ ਕਹਿੰਦੇ ਕਿ ਪੱਕਾ ਤਿਆਰ ਆ ਮੌਕੇ 'ਤੇ, ਉਹ ਤੁਸੀਂ ਆਪਣੀ ਚਵਾਈ ਕਰਕੇ ਲੈ ਜਾਣਾ। ਬਾਕੀ ਠੰਡੀ ਠੁੰਡੀ ਬੜੀ ਆ, ਜਿਸ ਤਰ੍ਹਾਂ ਮਰਜ਼ੀ ਜੋ ਹੋਵੇ, ਕੋਈ ਰੱਸੀ ਪਾਉਣ ਦੀ ਲੋੜ ਨਹੀਂ। ਠੀਕ ਆ, ਤੇ ਕਿੰਨਾ ਫਿਰ ਇਹਦਾ ਮੁੱਲ? ਮੁੱਲ ਵੀ ਜੀ ਜਾਇਜ਼ ਹੀ ਆ। ਕਿੰਨਾ ਕੁ ਮੁੱਲ? 35,000 ਜੀ। ਅੱਛਾ, ਕਿੰਨੇ ਦੀ ਦੇ ਦਈਏ ਫਿਰ? ਤੁਸੀਂ ਦੱਸ ਦਿਓ ਜਿੰਨੇ ਦੀ ਆਖੋ, ਛੋਟ ਦਿਓ, ਕਰਾਉਣਾ ਤੁਸੀਂ ਕਰਾਉਣਾ। 2,000 ਛੱਡ ਦਈਏ ਫਿਰ? ਛੱਡ ਦਿਓ ਜੀ, 33,000 ਦੀ ਦੇਣਾ। 33 ਦੇ ਦੇ ਦਿਓਗੇ? ਚਲੋ, ਬਾਕੀ ਕੋਈ ਫੋਨ ਲਾਵੇ? ਬਾਕੀ ਵੀਰ ਭਰਾ ਫੋਨ ਲਾਊਗਾ, ਕੋਈ ਨਹੀਂ, ਮਾਨਤਾਨ ਕਰਾਂਗੇ। ਠੀਕ ਆ ਜੀ, ਠੀਕ ਆ। ਤੇ ਹੁਣ ਇੱਕ ਹੋਰ ਆ ਗੱਭਣ ਆ ਗਈ ਆ, ਥਾਣਾ ਬੜਾ ਕਮਾਲ ਦਾ ਇਹਦੇ ਕੋਲ, ਆ ਦੇਖ ਸਕਦੇ ਜੀ। ਚਾਰੇ ਥਾਨ ਇੱਕੋ ਜਿਹੇ ਸਾਈਜ਼ ਦੇ, ਇੱਕੋ ਜਿਹੇ ਗੈਪ 'ਤੇ ਆ ਜਿਹੜੇ। ਇਹ ਕਿੰਨਾ ਕੁ ਲੈ ਜੀ ਟਾਈਮ ਦੀ ਹੈ ਜੀ? ਬਸ ਹਫ਼ਤੇ ਦੇ ਵਿੱਚ ਵੀ ਸੂਪ ਆਊ। ਤਿਆਰ ਹੀ ਜੀ ਆ, ਛੇਤੀ ਸੂਪ ਹੈ ਨਾ, ਹਫ਼ਤੇ ਦੇ ਅੰਦਰ ਅੰਦਰ ਸੂਪ ਪੈਣਾ। ਅੰਦਰ ਸੂਪ ਵੀ 3-4 ਦਿਨਾਂ ਦੇ ਵਿੱਚ। ਹਾਂਜੀ ਹਾਂਜੀ, ਅਤੇ ਇਹ ਕਿੰਨਾ ਕੁ ਦੁੱਧ ਚਵਾਈ ਜਾਊਗੀ? ਵੀਰ ਜੀ, ਘਰ ਵਾਲੇ ਪਹਿਲਾ ਸੂਆ ਆਉਂਦੇ ਸੀ, ਅਸੀਂ ਦੂਜਾ ਕਰਕੇ ਲਈ ਜੀ। ਅੱਛਾ, ਘਰ ਵਾਲੇ ਕਹਿੰਦੇ ਸੀ ਪਹਿਲਾ ਸੂਆ ਸੁਣੀ, ਤੇ ਚਲੋ ਕੱਦ ਵਜਨ ਦੇ ਹਿਸਾਬ ਨਾਲ 10-12 ਕਿਲੋ ਤੇ ਚਵਾਊਗੀ ਕਰਮਾ ਲਈ। ਠੀਕ ਆ, ਤੋਰੋ। 12 ਕਿਲੋ ਇਹਨੂੰ ਕੀ ਆਉਂਦਾ ਗੋਲ ਗੋਲ। ਬਾਕੀ ਥਣ ਬੜਾ ਕਮਾਲ ਦਾ ਲੱਗਾ ਜਿਹੜਾ ਇਹਦੇ ਕੋਲ, ਥੱਲਿਆਂ ਵੀ ਚੰਗੀ ਤਿਆਰ ਹੁੰਦੀ ਆ। ਲੈ ਜਾਓ ਜੀ। ਬਾਕੀ ਜਿੱਡੀਆਂ ਕੁ ਜਰਸੀਆਂ ਹੁੰਦੀਆਂ, ਵੱਡੇ ਕੁ ਕੱਦ ਆ ਇਹਨਾਂ ਦੇ, ਉਸ ਹਿਸਾਬ ਨਾਲ ਕੋਈ ਵੀਰ ਆਪਣਾ ਸੋਚ ਸਮਝ ਕੇ ਆਵੇ। ਬਹੁਤੇ ਉੱਚੇ ਨਹੀਂ ਕੱਦ ਹੁੰਦੇ ਇਹਨਾਂ ਦੇ। ਅਤੇ ਕਿੰਨਾ ਫਿਰ ਵੀਰ ਜੀ ਮੁੱਲ ਇਹਦਾ? ਮੁੱਲ 34,000 ਦੀ ਦੇਈਏ ਜੀ। ਕਰ ਦਈਏ ਵਿੱਚੋਂ ਛੋਟ ਛੱਡ? ਕਰ ਦਿਓ ਜਿੰਨੀ, ਆਪ ਹੀ ਕਰ ਦਿਓ ਫਿਰ, ਤੁਸੀਂ ਕਰ ਦਿਓ ਜਿੰਨੀ ਕਰਨੀ। 2 ਹੀ ਛੱਡ ਦਈਏ ਤਾਂ ਵੀ? ਛੱਡ ਦਿਓ ਜੀ, 32 ਦੀ ਦੇ ਦਿਓ? 33 ਦੀ, 32 ਦੀ ਦੇ ਦਿਓ। ਠੀਕ ਹੈ, ਜੇ ਜੋੜਾ ਹੀ ਥੜੂ ਕੋਈ ਹੋਰ ਮਾਨ ਕਰਾਂਗੇ। ਠੀਕ ਆ, ਠੀਕ ਆ। ਤੇ ਕਾਫੀ ਤਾਜ਼ੀ ਸੂਈ ਆ, ਇਹਦੇ ਨਿੱਕੇ ਨਿੱਕੇ ਸਿੰਘ ਹੈਗੇ ਆ।
ਇਹਦੇ ਮਗਰ ਵੱਛੀ ਚ ਨਹੀਂ ਵੱਛਾ ਜੀ ਨਾੜੂ ਨਾਲ ਇਹਦੇ ਮਗਰ ਵੱਛਾ ਨਾੜੂ ਜਿਹੜਾ ਨਾਲ ਹੀ ਤਾਜ਼ਾ ਹੀ ਆ ਜਿਹੜਾ ਇਹ ਬੱਚਾ ਕਿੰਨੇ ਦਿਨ ਹੋਏ ਵਿਧੀ ਰਸੋਈ ਨੂੰ ਇਹਨੂੰ ਅੱਜ ਪੰਜਵਾਂ ਕੁ ਦਿਨ ਹੋਇਆ ਜੀ ਅੱਛਾ ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਇਹਦੇ ਕੋਲ ਬੋਲਾ ਲਾ ਲਓ ਦੁੱਧ ਲਾ ਲਓ ਬੱਚੇ ਦਾ ਪਾ ਕੇ 8 ਕਿਲੋ ਦੇ 8 ਕਿਲੋ ਹੈਗਾ ਤੇ ਕਿੰਨਾ ਚਵਾਈ ਜਾਊਗੀ 10 ਕਿਲੋ ਤੇ ਚਵਾਈ ਜਾਊਗੀ ਸ਼ਾਹੀ ਹਾਲ ਤੇ ਹੈਗੀ ਜੀ ਤੋੜੋ ਹਾਂ ਫਿਰ ਇਹਨੂੰ ਲੈ ਜਾਓ ਜੀ ਸੱਤ 8 ਕਿਲੋ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ ਵਾ ਹੁਣ ਭਾਵੇਂ ਦੁੱਧ ਲਾ ਲਓ ਬਾਹਲਾ ਲਾ ਲਓ ਜੀ ਠੀਕ ਹੈ ਪੰਜਵੇਂ ਦਿਨ ਦੀ ਸੂਈ ਜੀ ਠੀਕ ਹੈ ਤੇ ਉਸ ਤਰ੍ਹਾਂ ਚੌਣ ਚੌਣ ਚ ਠੰਡੀ ਤੇਰੀ ਪੂਰੇ ਵੀਰ ਜੀ ਰੱਸੀ ਬੱਚਾ ਛੱਡ ਕੇ ਰੱਸੀ ਪਾ ਕੇ ਚੋਈ ਦੀ ਜੀ ਅੱਛਾ ਹਾਂ ਠੀਕ ਹੈ ਰੱਸੀ ਪਾ ਕੇ ਜਿਸ ਤਰ੍ਹਾਂ ਮਰਜ਼ੀ ਚੋਈ ਜਾਵੇ ਤੇ ਦੁੱਧ ਤੇ ਇਹਦਾ ਸੰਘਣਾ ਹੋਣਾ ਮੱਝਾਂ ਦਾ ਦੁੱਧ ਬੜਾ ਸੰਘਣਾ ਜੀ ਤੇ ਇਹਦਾ ਮੁੱਲ ਫਿਰ ਮੁੱਲ ਇਹਦਾ ਜਾਇਜ਼ ਹੀ ਹੋਊਗਾ ਕਿੰਨਾ 25 ਤੇ ਦੇ ਦਈਏ ਛੋਟ ਛੋਟ ਵਿੱਚੋਂ ਕਰ ਦਈਏ ਕਰ ਦੋ ਜਿੰਨੀ ਛੋਟ ਤੁਸੀਂ ਕਰਨੀ ਜੇ 1000 ਕਰ ਦਈਏ 2000 ਕਰ ਦਈਏ ਅੱਛਾ ਹਾਂ 2000 ਕਰ 23 ਦੀ ਦੇ ਦੋ 2000 ਦੀ ਦੇ ਦਾਂਗੇ ਠੀਕ ਹੈ ਬਾਕੀ ਵੀਰ ਭਰਾ ਫੋਨ ਲਾਊਗਾ ਹੋਰ ਮਾਨਤ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਬਾਕੀ ਕੋ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਚ ਚਾਕ ਕੇ ਜਿਹੜੀਆਂ ਸੂਈਆਂ ਹੁੰਦੀਆਂ ਨੇ ਦੋ ਟਾਈਮ ਚਵਾਈ ਕਰ ਲਿਆ ਤੇ ਗੱਬਨ ਆਪਣੀ ਪਾਸ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।